ਦਿੱਲੀ ਹਾਈ ਕੋਰਟ ਨੇ ਰਣਵੈਕਸੀ ਲੈਬਾਰਟਰੀਜ਼ ਲਿਮਟਿਡ ਅਤੇ ਰਾਧਾ ਸੁਆਮੀ ਬਿਆਸ ਦੇ ਖਾਸਮ ਖਾਸ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਤੇ ਉਹਨਾਂ ਦੇ ਬੈਂਕ ਖਾਤਿਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਇਸਤੇਮਾਲ ਕਰਨ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਦੀ ਖਰੀਦ ਜਾਂ ਫਿਰ ਉਸ ਨੂੰ ਵੇਚਣ ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਦੋਵਾਂ ਭਰਾਵਾਂ ਨੂੰ ਜਾਪਾਨੀ ਦਵਾ ਕੰਪਨੀ ਦਾਇਚੀ ਸਾਈਕੋ ਨੂੰ ਪੇਮੈਂਟ ਕਰਨ ਦੇ ਮਾਮਲੇ ਵਿੱਚ ਕੋਰਟ ਵਿੱਚ ਉਹ ਪੇਸ਼ ਹੋਏ। ਹਾਈ ਕੋਰਟ ਨੇ ਆਪਣੇ ਪਿਛਲੇ ਆਦੇਸ਼ ਦੇ ਵਿੱਚ ਕਿਹਾ ਸੀ ਕਿ ਉਹ ਦੱਸਣ ਕਿ ਦਾਇਚੀ ਨੂੰ ਪੇਮੈਂਟ ਕਿਸ ਤਰ੍ਹਾਂ ਕਰਨਗੇ। ਦਾਇਚੀ ਨੂੰ ਇਸ ਕੇਸ ਦੇ ਜ਼ਰੀਏ ਕੋਰਟ ਦੇ ਵਿੱਚ ਜਿੱਤ ਹਾਸਲ ਹੋਈ ਹੈ। ਕੋਰਟ ਦੇ ਮੁਤਾਬਕ ਉਸ ਨੂੰ 3500 ਕਰੋੜ ਰੁਪਏ ਮਿਲਣੇ ਹਨ ਅਤੇ ਇਸ ਦੇ ਆਦੇਸ਼ਾਂ ਦੀ ਪਾਲਣਾ ਦੇ ਲਈ ਉਸਨੇ ਹਾਈ ਕੋਰਟ ਦਾ ਰੁਖ ਕੀਤਾ। ਜੱਜ ਨੇ ਇਸ ਮਾਮਲੇ ਦੇ ਵਿੱਚ ਰਾਧਾ ਸੁਆਮੀਆਂ ਦੇ ਖਾਸਮ ਖਾਸ ਦੋਵਾਂ ਭਰਾਵਾਂ ਦੇ ਬਿਆਨ ਦਰਜ ਕੀਤੇ ਅਤੇ ਨਾਲ ਹੀ ਉਹਨਾਂ ਨੇ 7.59 ਕਰੋੜ ਰੁਪਏ ਦੇ ਪੇਂਟਿੰਗ ਤੋਹਫੇ ਦੀ ਡੀਡ, ਸਿੰਗਾਪੁਰ ਦੇ ਅਪਾਰਟਮੈਂਟ ਦੇ ਦਸਤਾਵੇਜ਼ ਅਤੇ ਹੋਰ ਬੈਂਕ ਖਾਤਿਆਂ ਦੀ ਜਾਣਕਾਰੀ ਜਮ੍ਹਾਂ ਕਰਾਉਣ ਦੇ ਵੀ ਨਿਰਦੇਸ਼ ਦਿੱਤੇ ਗਏ। ਉਧਰ ਸੂਤਰ ਦੱਸਦੇ ਹਨ ਕਿ ਰਾਧਾ ਸੁਆਮੀਆਂ ਦੇ ਖਾਸਮ ਖਾਸ ਦੋਵੇਂ ਭਰਾ ਪਰਿਵਾਰ ਦੇ ਮੈਂਬਰਾਂ ਦੀ ਜਾਇਦਾਦ ਨੂੰ ਵੇਚ ਕੇ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਇਸ ਦੀ ਵਜ੍ਹਾ ਹੈ ਕਿ ਕੋਰਟ ਦੇ ਆਦੇਸ਼ ਦੇ ਕਾਰਨ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਆਪਣੀਆਂ ਜਾਇਦਾਦਾਂ ਨੂੰ ਇਸ ਦਰੀ ਉਹ ਢਿੱਲੋ ਫੈਮਿਲੀ ਜਾਣੇ ਕਿ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋ ਦੇ ਪਰਿਵਾਰ ਦੀਆਂ ਜਾਇਦਾਦਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਉਹਨਾਂ ਦੀ ਮਾਂ ਦੇ ਰਿਸ਼ਤੇਦਾਰ ਹਨ। ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਦੇ ਮਾਮਾ ਗੁਰਿੰਦਰ ਸਿੰਘ ਢਿੱਲੋ ਰਾਧਾ ਸੁਆਮੀ ਸਤਸੰਗ ਟਰੱਸਟ ਦੇ ਮੁਖੀ ਹਨ। ਸੂਤਰ ਦੱਸਦੇ ਹਨ ਕਿ ਕੁਝ ਨਿੱਜੀ ਇਕਵਿਟੀ ਕੰਪਨੀਆਂ ਢਿੱਲੋ ਪਰਿਵਾਰ ਦੀਆਂ ਜਾਇਦਾਦਾਂ ਨੂੰ ਖਰੀਦਣ ਵਿੱਚ ਇੱਛਾ ਜਤਾ ਰਹੀਆਂ ਹਨ ਅਤੇ ਇਹ ਡੀਲ 1 ਅਰਬ ਰੁਪਏ ਦੀ ਹੋ ਸਕਦੀ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।